ਨਾਲ ਲੋਕੀ ਵਾਲਾ ਹੁੰਦਾ ਪੈਸੇ ਆ ਰਹੇ ਚਾਰ ਹੁਣ ਪੈਸੇ ਆ ਰਹੇ ਭੈਣ ਵਾਲਾ ਨਾਲ ਲੱਗਾ ਕੈਪਟਨ ਅਮਰਿੰਦਰ ਸਿੰਘ ਜਵਾਬ ਦੇ ਜਵਾਬ ਦੇ ਜਵਾਬ ਦੇ ਅੱਜ ਭਾਰਤੀ ਜਨਤਾ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਨੇ ਸਾਂਝਾ ਰੋਸ ਮਾਰਚ ਕੱਢ ਰਹੇ ਨੇ। ਕੈਪਟਨ ਸਾਹਿਬ ਨੇ ਜੋ ਵਾਅਦੇ ਕੀਤੇ ਸੀ ਆਪਣੀ ਸਰਕਾਰ ਬਣਾਉਣ ਤੋਂ ਪਹਿਲਾਂ ਵੀ ਅਸੀਂ ਘਰ ਘਰ ਨੌਕਰੀ ਦੇਵਾਂਗੇ, ਘਰ ਘਰ ਮੋਬਾਈਲ ਦੇਵਾਂਗੇ, ਔਰ ਸ੍ਰੀ ਗੁਰਕਾ ਸਾਹਿਬ ਨੂੰ ਹੱਥੇ ਪਕੜ ਕੇ ਕਸਮ ਖਾਧੀ ਸੀ ਵੀ 4 ਹਫ਼ਤਿਆਂ ਦੇ ਵਿੱਚ ਅਸੀਂ ਨਸ਼ਾ ਮੁਕਤ ਕਰ ਦੇਵਾਂਗੇ, ਔਰ ਅੱਜ ਕੈਪਟਨ ਸਾਹਿਬ ਘਰ ਘਰ ਨਸ਼ਾ ਵਿਕ ਰਿਹਾ ਹੈ। ਕੋਈ ਸ਼ਰਮ ਕਰੋ, ਸਾਡੇ ਨੌਜਵਾਨ ਜਿਹੜੇ ਬੱਚੇ ਨੇ ਉਹਨਾਂ ਦੀ ਡੈਥ ਹੋ ਰਹੀ ਹੈ, ਔਰ ਨਸ਼ਾ ਜਿਹੜਾ ਵੇ ਤੁਹਾਡੇ ਤੋਂ ਕੰਟਰੋਲ ਨਹੀਂ ਹੋ ਰਿਹਾ। ਮੈਂ ਸਾਰੇ ਇਲਾਕਾ ਵਾਸੀ ਅੱਜ ਇਕੱਠੇ ਹੋ ਕੇ ਅੱਜ ਰੋਸ ਮਾਰਚ ਕੱਢ ਰਹੇ ਨੇ, ਔਰ ਜਿਹੜੀ ਕੈਪਟਨ ਸਰਕਾਰ ਹੈ ਉਹ ਅਸੀਂ ਆਪਾਂ ਕਰ ਰਹੇ ਨੇ। ਬੀਸੀ ਭਾਈਚਾਰਿਆਂ ਨੇ ਧੱਕਾ ਕੀਤਾ ਬਿੱਲ ਕਿਤੇ ਇੰਡਸਟਰੀ ਨਾਲ, ਜੇ ਇੰਡਸਟਰੀ ਦੇ ਲੁਧਿਆਣੇ 'ਚ ਬੈਠੇ ਹਾਂ ਆਪਾਂ 5 ਰੁਪਏ ਯੂਨਿਟ ਇੰਡਸਟਰੀ ਨੂੰ ਦੇਣ ਦੀ ਗੱਲ ਕੀਤੀ ਸੀ, 10 ਰੁਪਏ ਯੂਨਿਟ ਦਿੱਤੀ ਜਾ ਰਹੀ ਹੈ, ਲੋਕਾਂ ਨੇ ਧੋਖਾ ਕੀਤਾ ਅਤੇ ਵਿਸ਼ਵਾਸਘਾਤ ਦਿਨ ਮਨਾਇਆ ਜਾ ਰਿਹਾ, ਲੋਕਾਂ ਨੂੰ ਜਗਾਉਣ ਵਾਸਤੇ ਕੰਮ ਕੀਤਾ ਜਾ ਰਿਹਾ। ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ, ਘਰ ਘਰ ਜਾ ਕੇ ਕੁੰਡੀ ਖੜਕਾਵਾਂਗੇ ਕਿ ਇਹਨਾਂ ਨੇ ਧੱਕਾ ਕੀਤਾ।